ਪੰਚਾਇਤੀ ਚੋਣਾਂ ਦੇ ਲਈ ਮਾਹੌਲ ਭਖਿਆ ਹੋਇਆ। ਪ੍ਰਚਾਰ ਦੇ ਨਾਲ ਨਾਲ ਹਿੰਸਕ ਘਟਨਾਵਾਂ ਵੀ ਵਾਪਰ ਰਹੀਆਂ ਨੇ। ਅਜਿਹੀ ਹੀ ਵਾਰਦਾਤ ਵਾਪਰੀ ਹੈ ਜਲਾਲਾਬਾਦ ਦੇ BDPO ਦਫ਼ਤਰ 'ਚ, ਜਿੱਥੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਵਿਚਾਲੇ ਝੜਪ ਹੋਈ ਹੈ, ਜਿਸ 'ਚ ਆਪ ਦੇ ਸਰਪੰਚੀ ਦੇ ਉਮੀਦਵਾਰ ਮਨਦੀਪ ਬਰਾੜ ਸਮੇਤ ਇੱਕ ਹੋਰ ਆਗੂ ਜ਼ਖਮੀ ਹੋ ਗਿਆ। ਪੁਲਿਸ ਨੇ ਆਪ ਦੇ ਜ਼ਖਮੀ ਆਗੂ ਗੁਰਪ੍ਰੀਤ ਸਿੰਘ ਦੇ ਬਿਆਨ ਦੇ ਆਧਾਰ ਤੇ ਐਕਸ਼ਨ ਲਿਆ ਤੇ ਅਕਾਲੀ ਆਗੂ ਨੋਨੀ ਮਾਨ ਤੇ ਬੌਬੀ ਮਾਨ ਦੋਹਾਂ ਭਰਾਵਾਂ ਤੇ FIR ਦਰਜ ਕਰ ਲਿਆ। ਇਸ ਦੇ ਨਾਲ ਹੀ 20 ਅਣਪਛਾਤੇ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਭਾਵੇਂ ਪੁਲਿਸ ਐਕਸ਼ਨ 'ਚ ਆਈ ਹੈ, ਪਰ ਦੂਜੇ ਪਾਸੇ ਇਸ ਤੇ ਸਿਆਸੀ ਘਮਸਾਨ ਵੀ ਛਿੜ ਗਿਆ। ਮੋਰਚਾ ਸੰਭਾਲਿਆ ਆਮ ਆਦਮੀ ਪਾਰਟੀ ਦੇ ਸਾਂਸਦ ਮਲਵਿੰਦਰ ਸਿੰਘ ਕੰਗ ਨੇ, ਜਿਨ੍ਹਾਂ ਨੇ ਅਕਾਲੀ ਦਲ ਤੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਨੇ। ਉਧਰ ਕਾਂਗਰਸੀ ਆਗੂਆਂ ਤੇ ਵੀ ਸਵਾਲ ਖੜੇ ਕੀਤੇ ਨੇ। ਆਮ ਆਦਮੀ ਪਾਰਟੀ ਦੇ ਲੋਕ ਕੱਲ ਵਿਕਟਿਮ ਬਣੇ ਆ ਉੱਥੇ ਜਲਾਲਾਬਾਦ। ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀ ਚਲਾ ਕੇ ਸੀਰੀਅਸ ਤੌਰ ਤੇ ਗੰਭੀਰ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਪਿੰਡ ਉੱਥੇ ਹੈਗਾ ਜਲਾਲਾਬਾਦ ਹਲਕੇ 'ਚ ਚੱਕ ਮੁਹੰਮਦ ਵਾਲਾ, ਉੱਥੋਂ ਦਾ ਮਨਦੀਪ ਬਰਾੜ ਜਿਹੜਾ ਸਰਪੰਚੀ ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ, ਉੱਥੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ। ਇਹ ਗੁੰਡਾਗਰਦੀ ਦਾ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕੱਲ੍ਹ ਦਿਖਾਇਆ, ਇਹ ਇਹਨਾਂ ਦੀ ਪਰੰਪਰਾ ਰਹੀ ਅਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ। ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੇ ਅਕਾਲੀ ਦਲ ਨੇ ਪਲਟਵਾਰ ਕੀਤਾ ਤੇ BDPO ਦਫ਼ਤਰ 'ਚ ਵਾਪਰੀ ਘਟਨਾ ਦੇ ਸਬੂਤਾਂ ਦੀ ਮੰਗ ਕੀਤੀ ਹੈ। ਆਪ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਝੂਠੇ ਕੇਸਾਂ 'ਚ ਫਸਾਉਣ ਦੇ ਇਲਜ਼ਾਮ ਲਗਾਏ ਨੇ ਤੇ ਸਰਪੰਚੀ ਦੇ ਲਈ ਲੱਗੀਆਂ ਬੋਲੀਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਪਰ ਇਹਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਝੂਠਾ ਫਸਾਇਆ ਜਾ ਰਿਹਾ। ਇਹ ਆਮ ਆਦਮੀ ਪਾਰਟੀ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਵਿਰੋਧ ਕਰ ਰਹੇ ਨੇ, ਕਿਉਂਕਿ ਸਰਪੰਚੀਆਂ ਵੇਚੀਆਂ ਜਾ ਰਹੀਆਂ ਨੇ। ਸਰਪੰਚ ਡੈਮੋਕ੍ਰੇਟਿਕਲੀ ਚੁਣਨੇ ਨਹੀਂ ਚਾਹ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ। ਸਰਪੰਚੀਆਂ ਦੀਆਂ ਬੋਲੀਆਂ ਲਾ ਕੇ ਆਪਦੇ ਚਹੇਤਿਆਂ ਨੂੰ ਉਹਨਾਂ 'ਤੇ ਕਾਬਜ਼ ਕਰਾਇਆ ਜਾ ਰਿਹਾ ਅਤੇ MLA ਅਤੇ ਜਿਹੜੇ ਅਫਸਰ ਨੇ ਉਹ ਆਪਣੀਆਂ ਜੇਬਾਂ ਭਰ ਰਹੇ ਨੇ। ਇਹ ਅੱਜ ਪੰਜਾਬ ਦੇ ਅਸਲ ਹਾਲਾਤ ਨੇ। ਜ਼ਿਕਰਯੋਗ ਹੈ ਕਿ ਇਹ ਘਟਨਾ ਬੀਤੇ ਰਾਤ ਉਸ ਸਮੇਂ ਵਾਪਰੀ ਸੀ ਜਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਪੰਚਾਇਤੀ ਚੋਣਾਂ ਦੇ ਸਿਲਸਿਲੇ 'ਚ BDPO ਦਫ਼ਤਰ ਆਏ ਸਨ, ਜਿੱਥੇ ਤਕਰਾਰ ਤੋਂ ਬਾਅਦ ਗੋਲੀ ਚੱਲ ਗਈ। ਇਸ ਮਾਮਲੇ 'ਚ ਪੁਲਿਸ ਨੇ ਬੌਬੀ ਮਾਨ ਤੇ ਨੋਨੀ ਮਾਨ ਤੇ ਕੇਸ ਦਰਜ ਕੀਤਾ। ਬੌਬੀ ਮਾਨ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ 'ਚ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਸਨ। ਬਿਊਰੋ ਰਿਪੋਰਟ, News18 ਪੰਜਾਬ। ਪੰਚਾਇਤੀ ਚੋਣਾਂ ਦੇ ਲਈ ਮਾਹੌਲ ਭਖਿਆ ਹੋਇਆ। ਪ੍ਰਚਾਰ ਦੇ ਨਾਲ ਨਾਲ ਹਿੰਸਕ ਘਟਨਾਵਾਂ ਵੀ ਵਾਪਰ ਰਹੀਆਂ ਨੇ। ਅਜਿਹੀ ਹੀ ਵਾਰਦਾਤ ਵਾਪਰੀ ਹੈ ਜਲਾਲਾਬਾਦ ਦੇ BDPO ਦਫ਼ਤਰ 'ਚ, ਜਿੱਥੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਵਿਚਾਲੇ ਝੜਪ ਹੋਈ ਹੈ, ਜਿਸ 'ਚ ਆਪ ਦੇ ਸਰਪੰਚੀ ਦੇ ਉਮੀਦਵਾਰ ਮਨਦੀਪ ਬਰਾੜ ਸਮੇਤ ਇੱਕ ਹੋਰ ਆਗੂ ਜ਼ਖਮੀ ਹੋ ਗਿਆ। ਪੁਲਿਸ ਨੇ ਆਪ ਦੇ ਜ਼ਖਮੀ ਆਗੂ ਗੁਰਪ੍ਰੀਤ ਸਿੰਘ ਦੇ ਬਿਆਨ ਦੇ ਆਧਾਰ ਤੇ ਐਕਸ਼ਨ ਲਿਆ ਤੇ ਅਕਾਲੀ ਆਗੂ ਨੋਨੀ ਮਾਨ ਤੇ ਬੌਬੀ ਮਾਨ ਦੋਹਾਂ ਭਰਾਵਾਂ ਤੇ FIR ਦਰਜ ਕਰ ਲਿਆ। ਇਸ ਦੇ ਨਾਲ ਹੀ 20 ਅਣਪਛਾਤੇ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਭਾਵੇਂ ਪੁਲਿਸ ਐਕਸ਼ਨ 'ਚ ਆਈ ਹੈ, ਪਰ ਦੂਜੇ ਪਾਸੇ ਇਸ ਤੇ ਸਿਆਸੀ ਘਮਸਾਨ ਵੀ ਛਿੜ ਗਿਆ। ਮੋਰਚਾ ਸੰਭਾਲਿਆ ਆਮ ਆਦਮੀ ਪਾਰਟੀ ਦੇ ਸਾਂਸਦ ਮਲਵਿੰਦਰ ਸਿੰਘ ਕੰਗ ਨੇ, ਜਿਨ੍ਹਾਂ ਨੇ ਅਕਾਲੀ ਦਲ ਤੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਨੇ। ਤਾਂ ਉਧਰ ਕਾਂਗਰਸੀ ਆਗੂਆਂ ਤੇ ਵੀ ਸਵਾਲ ਖੜੇ ਕੀਤੇ ਨੇ।
ਆਮ ਆਦਮੀ ਪਾਰਟੀ ਦੇ ਲੋਕ ਕੱਲ੍ਹ ਵਿਕਟਿਮ ਬਣੇ ਆ ਉੱਥੇ ਜਲਾਲਾਬਾਦ। ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀ ਚਲਾ ਕੇ ਸੀਰੀਅਸ ਤੌਰ 'ਤੇ ਗੰਭੀਰ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਪਿੰਡ ਉੱਥੇ ਹੈਗਾ ਜਲਾਲਾਬਾਦ ਹਲਕੇ 'ਚ ਚੱਕ ਮੁਹੰਮਦ ਵਾਲਾ, ਉੱਥੋਂ ਦਾ ਮਨਦੀਪ ਬਰਾੜ ਜਿਹੜਾ ਸਰਪੰਚੀ ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ, ਉੱਤੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ। ਇਹ ਗੁੰਡਾਗਰਦੀ ਦਾ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕੱਲ੍ਹ ਦਿਖਾਇਆ, ਇਹ ਇਹਨਾਂ ਦੀ ਪਰੰਪਰਾ ਰਹੀ ਅਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ। ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੇ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ ਤੇ BDPO ਦਫ਼ਤਰ 'ਚ ਵਾਪਰੀ ਘਟਨਾ ਦੇ ਸਬੂਤਾਂ ਦੀ ਮੰਗ ਕੀਤੀ ਹੈ। ਆਪ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਝੂਠੇ ਕੇਸਾਂ 'ਚ ਫਸਾਉਣ ਦੇ ਇਲਜ਼ਾਮ ਲਗਾਏ ਨੇ ਤੇ ਸਰਪੰਚੀ ਦੇ ਲਈ ਲੱਗੀਆਂ ਬੋਲੀਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਪਰ ਇਹਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਝੂਠਾ ਫਸਾਇਆ ਜਾ ਰਿਹਾ। ਇਹ ਆਮ ਆਦਮੀ ਪਾਰਟੀ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਵਿਰੋਧ ਕਰ ਰਹੇ ਨੇ ਕਿਉਂਕਿ ਸਰਪੰਚੀਆਂ ਵੇਚੀਆਂ ਜਾ ਰਹੀਆਂ ਨੇ। ਸਰਪੰਚ ਡੈਮੋਕ੍ਰੇਟਿਕਲੀ ਚੁਣਨੇ ਨਹੀਂ ਚਾਹ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ। ਸਰਪੰਚੀਆਂ ਦੀਆਂ ਬੋਲੀਆਂ ਲਾ ਕੇ ਆਪਦੇ ਚਹੇਤਿਆਂ ਨੂੰ ਉਹਨਾਂ 'ਤੇ ਕਾਬਜ਼ ਕਰਾਇਆ ਜਾ ਰਿਹਾ ਅਤੇ MLA ਅਤੇ ਜਿਹੜੇ ਅਫਸਰ ਨੇ ਉਹ ਆਪਣੀਆਂ ਜੇਬਾਂ ਭਰ ਰਹੇ ਨੇ। ਇਹ ਅੱਜ ਪੰਜਾਬ ਦੇ ਅਸਲ ਹਾਲਾਤ ਨੇ। ਜ਼ਿਕਰਯੋਗ ਹੈ ਕਿ ਇਹ ਘਟਨਾ ਬੀਤੇ ਰਾਤ ਉਸ ਸਮੇਂ ਵਾਪਰੀ ਸੀ ਜਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਪੰਚਾਇਤੀ ਚੋਣਾਂ ਦੇ ਸਿਲਸਿਲੇ 'ਚ BDPO ਦਫ਼ਤਰ ਆਏ ਸਨ, ਜਿੱਥੇ ਤਕਰਾਰ ਤੋਂ ਬਾਅਦ ਗੋਲੀ ਚੱਲ ਗਈ। ਇਸ ਮਾਮਲੇ 'ਚ ਪੁਲਿਸ ਨੇ ਬੌਬੀ ਮਾਨ ਤੇ ਨੋਨੀ ਮਾਨ ਤੇ ਕੇਸ ਦਰਜ ਕੀਤਾ। ਬੌਬੀ ਮਾਨ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ 'ਚ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਸਨ। ਬਿਊਰੋ ਰਿਪੋਰਟ, ਨਿਊਜ਼ 18, ਪੰਜਾਬ।